इधर आ जाओ। सन 1704 ईस्वी में एक आसामी जंग हुई जिसकी मिसाल दुनिया के किधरे भी नहीं मिलती। और धन धन सतगुरु गुरु गोबिंद सिंह साहब जी महाराज जी के बड़े साहबजादे बाबा अजीत सिंह साहब जी, बाबा जुझार सिंह साहब जी, पांच प्यारों में तीन पांच प्यारे सिंह भाई हिम्मत सिंह जी, भाई मोहकम सिंह जी, भाई साहब सिंह जी और होर बेअंत सिंह ने अज इतने जो धर्म की खातर धर्म हेत साका जिनकी आसीस की है पर सिरना दी है महावाकों अनुसार बहुत ही महान शहादत प्राप्त कीतियां। और पंथ के नुमाइंदा जथेबंदी श्रोमणी गुरुद्वारा प्रबंधक कमेटी वालों हर साल ही संगत के सहयोग नाल शहीदी नगर कीर्तन, क्योंकि अज वो पावन पवित्र दिहाड़ा है। अज के दिन सतगुरां दे साहिबजादे और पंज प्यारे विच तीन सिंह ते बाकी दे सिंघां ने इत्थे महान शहादत प्राप्त कीतियां सन। उन्हां महान शहीदां नूं याद करदिआं होइआं नतमस्तक हुंदिआं होइआं शहीदी नगर कीर्तन धन गुरु ग्रंथ साहिब जी महाराज जी की पावन पवित्र छत्र छाया हेठ पंज प्यारे साहिबान की अगवाई विच आरंभ किया गया है। मानयोग प्रधान श्रोमणी गुरुद्वारा प्रबंधक कमेटी एडवोकेट
ਭਾਈ ਹਰਿੰਦਰ ਸਿੰਘ ਜੀ ਪਹੁੰਚੇ ਹੋਏ ਨੇ, ਮੈਂਬਰ ਸਾਹਿਬਾਨ ਪਹੁੰਚੇ ਹੋਏ ਨੇ ਔਰ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਅੱਜ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਈਆਂ। ਕੀ ਸੰਦੇਸ਼ ਦਿੰਦੇ ਹੋ ਇਸ ਜਦੋਂ ਸ਼ਹਾਦਤਾਂ ਨੂੰ ਯਾਦ ਕਰਦੇ ਹੋ ਸਮੁੱਚੀ ਸਿੱਖ ਕੌਮ ਨੂੰ ਇਸ ਮੌਕੇ ਕੀ ਸੰਦੇਸ਼? ਇਹ ਜਿਹੜੀ ਪਾਵਨ ਪਵਿੱਤਰ ਧਰਤੀ ਹੈ, ਇਸ ਧਰਤੀ ਦਾ ਸੰਦੇਸ਼ ਹੀ ਇਹ ਹੈ ਕਿ ਕਦੇ ਵੀ ਸਾਨੂੰ ਆਪਣੇ ਦੀਨ ਤੋਂ ਬੇਦੀਨ ਨਹੀਂ ਹੋਣਾ ਚਾਹੀਦਾ, ਹਮੇਸ਼ਾ ਆਪਣੇ ਰੋਮਾਂ ਨੂੰ ਸਵੀਕਾਰ ਰੱਖਣਾ ਚਾਹੀਦਾ, ਅੰਮ੍ਰਿਤ ਛਕਣਾ ਚਾਹੀਦਾ, ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਕੇ ਆਪਣਾ ਜੀਵਨ ਸਫਲ ਕਰਨਾ ਚਾਹੀਦਾ, ਕਿਉਂਕਿ ਇਸ ਧਰਤੀ 'ਤੇ ਧਰਮ ਹੇਤ ਸਾਕੇ ਹੋਏ ਨੇ। ਧਰਮ ਦੀ ਜਿਹੜੀ ਉਚਾਈ ਹੈ ਉਹਨੂੰ ਕਾਇਮ ਰੱਖਦਿਆਂ ਹੋਏ ਇੱਥੇ ਜਿਹੜੇ ਸਾਕੇ ਹੋਏ ਨੇ, ਇਹ ਧਰਤੀ ਹੀ ਸਾਨੂੰ ਸੰਦੇਸ਼ ਦਿੰਦੀ ਹੈ ਕਿ ਹਰ ਇੱਕ ਸਿੱਖ ਜਿਹੜਾ ਆਪਣੇ ਧਰਮ ਪ੍ਰਤੀ ਵਫ਼ਾਦਾਰ ਹੋਵੇ, ਰਹਿਣੀ ਬਹਿਣੀ ਕਹਿਣੀ ਕਰਨੀ ਦਾ ਹਮੇਸ਼ਾ ਪੂਰਾ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਕੀ ਫਤਿਹ। ਸਤਿਗੁਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕੋਟਾਨ ਕੋਟ ਧੰਨਵਾਦ, ਜਿਨ੍ਹਾਂ ਨੇ ਮੁੱਖ ਸੇਵਾਦਾਰ ਦੀ ਸੇਵਾ ਸੌਂਪੀ। ਅਤੇ ਮੈਂ ਅੱਜ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਉਸ ਮਹਾਨ ਸ਼ਹੀਦਾਂ ਦੇ ਬਿੰਜਣਾਂ ਦੇ ਵਿੱਚ ਸਤਿਗੁਰੂ ਜੀ ਦੇ ਪਿਆਰੇ ਦੁਲਾਰੇ ਸਾਹਿਬਜ਼ਾਦੇ, ਪੰਜ ਪਿਆਰੇ ਸਾਹਿਬਾਨਾਂ 'ਚੋਂ ਤਿੰਨ ਪੰਜ ਪਿਆਰੇ ਅਤੇ ਚਮਕੌਰ ਦੀ ਗੜ੍ਹੀ ਦੇ 40 ਸਿੰਘ ਅਤੇ ਬਾਬਾ ਜੀਵਨ ਸਿੰਘ ਜੀ, ਉਹਨਾਂ ਨੂੰ ਨਮਸਕਾਰ ਕਰਨ ਆਇਆ। ਮੈਂ ਸੁਭਾਗਾ ਸਮਝਦਾ ਪਈ ਅੱਜ ਇਸ ਸਮੇਂ ਦੇ ਉੱਤੇ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ, ਸਾਡੇ ਫਤਿਹਗੜ੍ਹ ਸਾਹਿਬ ਤੋਂ ਸਿੰਘ ਸਾਹਿਬ ਗਿਆਨੀ ਹਰਪਾਲ ਸਿੰਘ ਜੀ, ਉਹ ਚੇਚੇ ਤੌਰ 'ਤੇ ਪਹੁੰਚੇ ਆ। ਸਾਡੇ ਮੈਂਬਰ ਸਾਹਿਬਾਨ ਅਜਮੇਰ ਸਿੰਘ ਜੀ ਖੇੜਾ, ਪਰਮਜੀਤ ਸਿੰਘ ਜੀ, ਉਹ ਸਾਰੇ ਪਹੁੰਚੇ ਆ। ਸੋ ਅਰਦਾਸ ਕਰਦਾ ਸਤਿਗੁਰੂ ਜੀ, ਕਲਗੀ ਧਰ ਦੇ ਪੁੱਤਰੋ ਧੀਓ, ਅੰਮ੍ਰਿਤਧਾਰੀ ਹੋ ਕੇ ਜੀਓ ਸਤਿਗੁਰੂ ਜੀ, ਖੰਡੇ ਬਾਟੇ ਦੀ ਪੌਲ ਬਖਸ਼ਿਸ਼ ਕਰੋ, ਨਿਤਨੇਮ ਬਖਸ਼ਿਸ਼ ਕਰੋ, ਚਾਰ ਬੱਜਰ ਕਰੈਤਾਂ ਤੋਂ ਇਸ ਘੋਰ ਸਮੇਂ ਦੇ ਵਿੱਚ ਬਚਾ ਕੇ ਰੱਖੋ। ਤਾਂ ਇੱਕ ਜਿਹੜਾ ਨਵਾਂ ਹੁਣ ਅੱਜ ਸਿਸਟਮ ਸਾਡੇ ਲਈ ਚੁਣੌਤੀ ਬਣਿਆ ਪਿਆ, ਇਹ ਜਿਹੜੀਆਂ ਬੇਅਦਬੀਆਂ ਦਾ ਸਿਲਸਿਲਾ ਸ਼ੁਰੂ ਹੋਇਆ, ਗੁਰੂ ਸਾਹਿਬ ਜੀ ਮਿਹਰ ਭਰਿਆ ਹੱਥ ਰੱਖ ਕੇ ਸਿੱਖ ਪੰਥ ਹਮੇਸ਼ਾ ਸਰਬੱਤ ਦੇ ਭੱਲੇ ਨੂੰ ਲੋਚਦਾ, ਇਹ ਸਰਬੱਤ ਦੇ ਭੱਲੇ ਦੇ ਵਿੱਚ ਰਹਿ ਕੇ ਇਹਨਾਂ ਨੂੰ ਵੀ ਸਮਾਤ ਬਖਸ਼ਿਸ਼ ਕਰੋ, ਤਾਂ ਕਿ ਜੀਵਨ ਦੇ ਜਿਹੜੇ ਖੁਸ਼ੀਆਂ ਖੇੜੇ ਸਤਿਗੁਰੂ ਜੀ ਨੇ ਬਖਸ਼ੇ ਆ, ਉਹਨਾਂ ਖੁਸ਼ੀਆਂ ਖੇੜਿਆਂ ਨੂੰ ਮਾਣ ਕੇ ਆਪਣਾ ਲੋਕ ਅਤੇ ਪ੍ਰਲੋਕ ਸਹਿਲਾ ਸੁਪਰ ਸਫਲ ਕਰੀਏ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਹਾਲੇ ਤੱਕ ਸਾਨੂੰ ਸਰਕਾਰ ਵੱਲੋਂ ਕੋਈ ਨਹੀਂ ਅਪਡੇਟ ਹੋਈ, ਕੋਈ ਵੀ ਕਿਸੇ ਪਾਸੋਂ ਵੀ ਅਪਡੇਟ ਨਹੀਂ। 24 ਤਰੀਕ ਦਾ ਕੀ ਪ੍ਰੋਗਰਾਮ ਆ ਸ਼ਹੀਦੀ ਜੋੜ ਮੇਲੇ ਲੱਗੇ? 24 ਤਰੀਕ ਤੋਂ ਅਸੀਂ ਸਾਰੇ ਜਿੰਨੇ ਵੀ ਸਾਡੇ ਸਿੱਖਿਆ ਸੰਸਥਾਵਾਂ, ਜਿਹੜੇ ਸਕੂਲ ਕਾਲਜ, ਉਹਨਾਂ ਨੂੰ ਬੇਨਤੀ ਕੀਤੀ ਆ, ਸਾਰਿਆਂ ਨੂੰ ਆਦੇਸ਼ ਕੀਤਾ ਕਿ ਅੰਮ੍ਰਿਤ ਵੇਲੇ ਪ੍ਰੇਅਰ ਕਰਨੇ, ਜਪਜੀ ਸਾਹਿਬ ਜੀ ਦਾ ਜਾਪ, ਚੌਪਈ ਸਾਹਿਬ ਜੀ ਦੇ ਪਾਠ, ਅਤੇ ਫਿਰ ਹੱਥਾਂ ਦੇ ਵਿੱਚ ਦਸਤੀਆਂ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਪੜ੍ਹ ਕੇ ਵੱਖ ਵੱਖ ਨਗਰਾਂ ਦੇ ਵਿੱਚ ਜਾਪ ਕਰਦੇ ਜਾਣਾ ਅਤੇ ਜਾਪ ਕਰਦੇ ਆਉਣਾ। ਅਤੇ ਪਿੰਡਾਂ ਦੇ ਲੋਕਾਂ ਨੂੰ ਵੀ ਮੈਂ ਬੇਨਤੀ ਕਰਦਾ, ਤੁਸੀਂ ਵੀ ਵੱਧ ਚੜ੍ਹ ਕੇ ਉਸ 24 ਤਰੀਕ ਦੇ ਇਸ ਦਿਹਾੜੇ ਦੇ ਵਿੱਚ ਸ਼ਾਮਿਲ ਹੋਵੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।